ਇਹ ਤਾਂ ਗੁਰੂ ਸਾਹਿਬ ਕਿਰਪਾ ਕਰਨ, ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ ਸੱਚੀ ਸੰਗਤ ਮਿਲਦੀ ਹੈ। ਤੇ ਗੁਰੂ ਸਾਹਿਬ ਨੂੰ ਪੁੱਛੋ ਮਹਾਰਾਜ ਸੱਚੇ ਕਿਹੜੇ ਆ, ਸੱਚੀ ਸੰਗਤ ਕਿਹੜੀ ਹੈ, ਸੱਚੇ ਸੰਤ ਕਿਹੜੇ ਆ, ਸੱਚੇ ਗੁਰੂ ਕਿਹੜੇ ਆ। ਤੇ ਗੁਰੂ ਸਾਹਿਬ ਕਹਿੰਦੇ ਨੇ ਸੱਚੀ ਬੈਸਕ ਤੇਰਾ ਸੰਗ ਜਿਣ ਸੰਗ ਜਪੀਏ ਆਓ। ਤਿੰਨ ਸੰਗ ਪੜੋ ਜੀ, ਸੱਚੀ ਬੈਸਕ ਤਿੰਨਾ ਸੰਗ ਸੰਗ ਜਪੀਏ ਜਿਨ੍ਹਾਂ ਦੀ ਸੰਗਤ ਵਿੱਚ ਨਾਮ ਜਪੀਏ ਉਹ ਸੱਚੀ ਸੰਗਤ ਹੈ। ਤੇ ਮਾੜੀ ਕਿਹੜੀ ਹੈ ਵੇਖ ਲਓ ਅੱਗੇ, ਤਿੰਨ ਸੰਗ ਸੰਗ ਨਾ ਕੀਚਾਈ ਨਾਨਕ ਜਿੰਨਾ ਆਪਣਾ ਸੁਆ। ਨਾਨਕਾ ਉਹਨਾਂ ਦੀ ਸੰਗਤ ਵਿੱਚ ਨਾ ਜਾਵੀ ਜਿਨ੍ਹਾਂ ਦੇ ਆਪਣੇ ਸੁਆਰਥ। ਇੱਕ ਚੇਲਾ ਮਨ ਬਣਿਆ ਕੋਈ ਗੁਰੂ ਧਾਰਨ ਕਰੀਏ, ਕੋਈ ਸੱਚਾ ਬਾਪੁਛ ਕੋਈ ਸੱਚਾ ਗੁਰੂ ਮਿਲੇ ਉਹਦੇ ਚੇਲੇ ਬਣੀਏ ਜਨਮ ਸਵਾਰੀਏ। ਚਲਾ ਗਿਆ ਨਦੀ ਦੇ ਕੰਢੇ ਤੇ, ਇੱਕ ਗੁਰੂ ਦਿਸਿਆ ਵੀ ਜਿਹੜਾ ਸਾਰਾ ਦੇਹੀ ਸਵਾਦੀ ਲਾਈ ਰੱਖਦਾ ਵੀ ਆਹ ਆਪਾਂ ਪਛਾਣ ਨਹੀਂ ਕਰ ਸਕਦੇ। ਉਹਨੇ ਕਿਹਾ ਵੀ ਆਹ ਠੀਕ ਹੈ, ਪਰ ਫਿਰ ਵੀ ਪਰਖ ਤਾਂ ਕਰਨੀ ਚਾਹੀਦੀ ਹੈ। ਗੁਰੂ ਧਾਰਨ ਲੱਗਿਆ ਗੁਰੂ ਦੀ ਪਰਖ ਕਰਨੀ ਹੈ, ਤੇ ਬਾਅਦ ਵਿੱਚ ਫਿਰ ਗੁਰੂ ਨੇ ਕਰਨੀ ਹੈ ਸਿੱਖਾਂ ਤੇਰੀ ਪਰਖ, ਫਿਰ ਨਾ ਡੋਲੀ। ਪਹਿਲੋਂ ਤੇਰਾ ਫਰਜ਼ ਹੈ ਪਰਖਣਾ ਚੰਗੀ ਤਰ੍ਹਾਂ, ਮਗਰੋਂ ਤੈਨੂੰ ਪਰਖਣਾ ਉਹਨਾਂ ਨੇ ਕਿ ਤੇਰਾ ਭਾਂਡਾ ਕਿਹੋ ਜਿਹਾ ਹੈ, ਵਸਤੂ ਲੈਣ ਵਾਲਾ ਹੈ ਕਿ ਨਹੀਂ। ਪਹਿਲੋਂ ਤੂੰ ਪਰਖ। ਇਹਨੇ ਇੱਕ ਤਾਂ ਪਰਖ ਲਿਆ ਵੀ ਸਾਰਾ ਦਿਨ ਸਮਾਧੀ ਲਾਉਂਦੇ ਆ ਸੰਤ, ਲੋਕੀ ਧਨ ਪਦਾਰਥ ਰੱਖੀ ਜਾਂਦੇ ਆ, ਸੰਤ ਨਹੀਂ ਵੇਖਦੇ। ਉਹਨਾਂ ਦੀ ਸਮਾਧੀ ਖੁੱਲੀ ਤੇ ਮੱਥਾ ਟੇਕਿਆ, ਬਾਬਾ ਜੀ ਮੈਂ ਤੁਹਾਡਾ ਚੇਲਾ ਬਣਾਉਣਾ, ਮੈਨੂੰ ਆਪਣਾ ਸੇਵਕ ਬਣਾ ਲਓ। ਕਈ ਤਾਂ ਖੜਕਦੇ ਨੋਟਾਂ ਦੇ ਚੇਲੇ ਬਣਦੇ ਆ ਵੀ ਇੱਥੇ ਆਉਂਦਾ ਹੈ, ਇਹ ਮਿਲ ਜਾਏਗਾ ਸਾਨੂੰ ਆਪਣਾ ਸਵਾਰਥ। ਇਹ ਵੀ ਵੇਖਿਆ ਵੇਖਿਆ ਵੀ ਹੁਣ ਪਰਖ ਵੀ ਲਈ ਗਈ, ਬਾਬਾ ਜੀ ਮੇਰੀ ਚੇਲਾ ਕਿਤੇ ਕੋਈ ਨੀ, ਤੂੰ ਸਾਡੇ ਕੋਲ ਰਹੋ, ਇੱਥੇ ਸੰਗਤਾਂ ਚੜਾਵੇ ਚੜਾਉਂਦੀਆਂ, ਤੂੰ ਆਪਦਾ ਇੱਥੇ ਡਿਊਟੀ ਦੇਵੀ, ਅਸੀਂ ਤਾਂ ਪਰਮਾਤਮਾ ਨਾਲ ਡੇ ਬੁਲਾਉਣੀ, ਸਾਡਾ ਇੰਨਾ ਚੜਾਵੇ ਵੱਲ ਕੋਈ ਖਿਆਲ ਨਹੀਂ, ਅਸੀਂ ਤਾਂ ਰੱਬ ਨੂੰ ਚੇਤੇ ਕਰਨਾ ਹੈ, ਇਹ ਤੂੰ ਸੰਭਾਲ ਨਹੀਂ ਕਰੀ ਤੇਰੀ ਡਿਊਟੀ। ਸੰਤਾਂ ਨੇ ਸਮਾਧੀ ਲਾਲੀ, ਚੇਲਾ ਕੋਲ ਬਹਿ ਗਿਆ, ਇੱਕ ਸੰਗੀ ਆਇਆ ਉਹਨੂੰ ਚੱਲਦੇ ਸੀ, ਉਹਨੇ ਕੱਢ ਕੇ ਨਾ ਦਿੱਤਾ, ਇੱਕ ਦੋ ਤਿੰਨ ਚਾਰ ਪੰਜ, ਇਵੇਂ ਪੰਜ ਨੋਟ ਚਾਂਦੀ ਦੇ ਕੱਢ ਕੱਢ ਕੇ ਦਿੱਤੇ ਤੇ ਪੰਜਾਂ ਦਾ ਖੜਕਾ ਹੋਇਆ। ਜਦੋਂ ਗੁਰੂ ਨੇ ਸਮਾਧੀ ਖੋਲੀ ਤੇ ਪੁੱਛਿਆ ਭਾਈ ਤੂੰ ਇੱਥੇ ਸੇਵਾ ਤੇ ਬਿਠਾ ਸੀ ਡਿਊਟੀ ਤੇ, ਕੀ ਕੋਈ ਭੇਟਾ ਆਈ ਗਈ ਕਿਵੇਂ ਆ? ਕਹਿੰਦਾ ਜੀ ਇੱਕ ਕੋਈ ਪ੍ਰੇਮੀ ਆਇਆ ਸੀ ਤੇ ਚਾਰ ਚਾਂਦੀ ਦੇ ਨੋਟ ਦੇ ਕੇ ਤਾਂ ਪੰਜ ਗਿਆ, ਇੱਕ ਰੱਖ ਲਿਆ ਕੋਲ। ਕਹਿੰਦਾ ਜੀ ਚਾਰ ਦੇ ਕੇ ਗਿਆ। ਸੰਤ ਕਹਿਣ ਲੱਗੇ ਵੀ ਭਗਤਾ ਝੂਠ ਨਾ ਬੋਲ, ਤੂੰ ਪਹਿਲੇ ਦਿਨ ਹੀ ਝੂਠ ਬੋਲਿਆ। ਕਹਿੰਦਾ ਮਹਾਰਾਜ ਚਾਰ ਚਾਂਦੀ ਦੇ ਨੋਟ ਦੇ ਕੇ ਗਿਆ ਉਹ। ਉਹ ਕਹਿੰਦੇ ਮੈਂ ਪੰਜਾਂ ਦਾ ਖੜਕਾ ਸੁਣਿਆ, ਤੂੰ ਚਾਰ ਕਹਿੰਦਾ? ਖੜਕਾ ਮੈਂ ਪੰਜਾਂ ਦਾ ਸੁਣਿਆ, ਤੂੰ ਚਾਰ ਕਹਿੰਦਾ ਏ? ਕਹਿੰਦਾ ਲਓ ਬਾਬਾ ਜੀ ਮੈਂ ਤਾਂ ਵੇਖਣਾ ਹੀ ਸੀ ਤੁਸੀਂ ਸਮਾਧੀਆਂ ਲਾਉਂਦੇ ਜੇ ਕਿ ਨੋਟਾਂ ਦੀ ਚੰਚਲ ਚਣਕਾਰ ਸੁਣਦੇ ਜੇ, ਮੈਂ ਤਾਂ ਇਹੀ ਦੇਖਣਾ ਸੀ ਕਿ ਤੁਸੀਂ ਸਮਾਧੀਆਂ ਲਾਉਂਦੇ ਜੇ ਕਿ ਨੋਟ ਹੀ ਗਿਣਦੇ ਜੇ ਅੱਖਾਂ ਬੰਦ ਕਰਕੇ। ਤਿੰਨ ਸੰਗ ਸੰਗਣਾ ਕੀ ਚਈ ਨਾਨਕ ਜਿੰਨਾ ਆਪਣਾ ਸੁਆਉ, ਜਿਹੜੇ ਸਾਡੇ ਦਿਲ ਨਹੀਂ, ਜਿਹੜੇ ਸਾਡੇ ਦਿਲਾਂ ਨੂੰ ਨਹੀਂ ਜਿੱਤ ਸਕਦੇ ਉਹ ਕਦੀ ਵੀ ਸਾਨੂੰ ਕੋਈ ਨਹੀਂ ਦੇਣਗੇ।
ਜਿਨ੍ਹਾਂ ਨੇ ਸਾਡੇ ਮਨ ਮੋੜੇ ਆ ਉਹ ਕਦੀ ਨਹੀਂ ਛੱਡਣਗੇ, ਜਿਨ੍ਹਾਂ ਨੇ ਅਲੜੇ ਤੀਰ ਮਾਰ ਕੇ ਵਿੰਨਤਾ ਹੈ ਉਹ ਸਾਨੂੰ ਕਿਤੇ ਜਾਣ ਜੋਗੇ ਨਹੀਂ ਛੱਡਿਆ। ਤੇਰੀ ਮਿਹਰ ਇਸ਼ਾਰੇ ਤੇਰੇ ਤੇਰੇ ਜੋਗਾ ਕੀਤਾ ਨੰਦ ਲਾਲ ਕਹਿੰਦਾ ਮੈਂ ਹੈਗਾ ਤਾਂ ਹਿੰਦੂ ਸੀ, ਆਪਾਂ ਧਰਮ ਬਚਾਉਣ ਦਾ ਤੇਰੇ ਕੋਲ ਆਇਆ ਗੁਰੂ ਗੋਬਿੰਦ ਸਿੰਘ, ਪਰ ਤੇਰੇ ਕੋਲ ਆ ਕੇ ਮੈਨੂੰ ਸਿੱਖ ਧਰਮ ਵਿੱਚ ਲੈ ਲਿਆ ਤੂੰ, ਤੇਰੀ ਮਿਹਰ ਨੇ ਤੇਰੀ ਇਸ਼ਾਰੇ ਨੇ ਮੈਂ ਹਿੰਦੂ ਹੀ ਰਹਿਣਾ ਚਾਹੁੰਦਾ ਸੀ, ਪਰ ਜਦ ਮੈਂ ਵੇਖਿਆ ਸਿੱਖ ਧਰਮ ਦੇ ਗੁਣ ਤੇ ਫਿਰ ਮੈਨੂੰ ਇਹ ਧਰਮ ਆਪਣਾ ਫਿੱਕਾ ਲੱਗਿਆ, ਤੇ ਤੇਰੀ ਮਿਹਰ ਤੇ ਤੇਰੇ ਇਸ਼ਾਰਿਆਂ ਨੇ ਸਾਨੂੰ ਤੇਰੇ ਜੋਗਾ ਹੀ ਕਰਦਾ। ਤੇਰੀ ਮਿਹਰ ਇਸ਼ਾਰੇ ਤੇਰੇ ਤੇਰੇ ਜੋਗਾ, ਤੇਰੀ ਮੇਰੀ ਸਾਰੇ ਤੇਰੇ ਸਾਨੂੰ ਤੇਰੇ ਜੋਗਾ, ਤੇਰੀ ਮੇਰੀ ਸਾਰੇ ਤੇਰੇ ਜੋਗਾ ਕੀਤਾ, ਤੇਰੀ ਮੇਰੀ ਸਾਰੇ ਤੇਰੇ ਜੋਗਾ ਕੀਤਾ, ਤੇਰੀ ਮੇਰੀ ਸਾਰੇ ਤੇਰੇ ਤੇਰੇ ਜੋਗਾ ਕੀਤਾ। ਸੰਗਤ ਮਹਾਂਪੁਰਸ਼ਾਂ ਕਿਹੜਾ ਮਹਾਂਪੁਰਸ਼ਾਂ ਦੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਣ ਤੇ ਸਾਨੂੰ ਜੋੜ ਦੇਣ, ਉਹਨਾਂ ਦੀ ਸੰਗਤ ਉਹਨਾਂ ਦੀ ਜਿਹੜੇ ਆਪ ਜਪਣ ਤੇ ਸਾਡੇ ਤੋਂ ਜਪਾਉਣ, ਜਿਹੜੇ ਆਪ ਮਾਇਆ ਤੋਂ ਨਿਰਲੇਪ ਹੋ ਸਾਨੂੰ ਕਰ ਦੇਣ, ਲੋਭੀਆਂ ਦੇ ਵਸ ਨਾ ਪੈ ਜਾਈਏ ਉਹ ਤਾਂ ਲੁੱਟ ਲੈਣਗੇ, ਬਸ ਪਈਏ ਮਹਾਂਪੁਰਖਾਂ ਦੇ ਜਿਹੜੇ ਲੁਟਾ ਜਾਣਗੇ, ਲੁਟੇਰਿਆਂ ਦੇ ਵਸ ਨਾ ਪੈ ਜਾਓ ਲੁੱਟ ਕੇ ਲੈ ਜਾਣਗੇ, ਸਾਧੂਆਂ ਦੇ ਵਸ ਪਇਓ ਤੁਹਾਨੂੰ ਲੁਟਾ ਜਾਣਗੇ, ਜੋ ਉਹਨਾਂ ਕੋਲ ਹੈ ਨਾ ਉਹ ਲੁਟਾ ਦਿੰਦੇ ਆ, ਸਾਰਾ ਸੇਵਕਾਂ ਦੀਆਂ ਝੋਲੀਆਂ ਭਰ ਦਿੰਦੇ ਆ, ਲੁਟਾਉਣੇ ਆ ਸਾਧੂ ਜਿਹੜੇ ਗੁਰੂ ਦੇ ਸਾਜੇ ਨਿਵਾਜੇ ਨੇ। ਸੰਗਤ ਕਰਨੀਏ ਮਹਾਂਪੁਰਸ਼ਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਣ ਤੇ ਜੋੜਨ, ਜਿਵੇਂ ਉਹ ਬੱਸ ਵਾਲਾ ਦੀ ਗੱਲ ਸੁਣਾਈ ਹੁਣ ਉਹ ਬੱਸ ਪੈ ਗਏ, ਹੁਣ ਕਿਸੇ ਹਿੱਲਣ ਥੋੜ੍ਹਾ ਦੇਣਾ, ਉਹਨਾਂ ਕੋਈ ਨਾ ਕੋਈ
ਲੁੱਟਣ ਦਾ ਸਿਸਟਮ ਬੁਰਾਈ ਰੱਖਣਾ ਵੀ ਇਹਦੇ ਤੋਂ ਲਈ ਜਾਈਏ, ਇਹਦੇ ਤੋਂ ਲਈ ਜਾਈਏ। ਮਨਾਂ ਦੇ ਸੌਦੇ ਆ, ਦਿਲਾਂ ਦੇ ਸੌਦੇ ਆ, ਧਨ ਦੇ ਸੌਦੇ ਨਾ ਕਰੋ ਗੁਰੂਆਂ ਨਾਲ, ਦਿਲਾਂ ਦੇ ਸੌਦੇ ਮਨ ਦੇ। ਇੱਕ ਬੀਬੀ ਆ ਗਈ ਸੰਤਾਂ ਕੋਲ, ਸੁਣਾ ਤਾਂ ਅਸੀਂ ਟੋਟ ਕੇ ਜੀ ਰਹੇ ਹਾਂ ਅੱਜ, ਆਖੀ ਨੀ ਕੋਈ ਸੁਣਾਈ, ਟੋੜ ਕੇ ਜੀ ਸੁਣਾ ਰਿਹਾ, ਪਰ ਇਹਨਾਂ ਦਾ ਰਿਜ਼ਲਟ ਕੱਢੋ। ਬੀਬੀ ਆਈ ਸੰਤਾਂ ਦੇ ਕੋਲ, ਜੀ ਮੈਨੂੰ ਕਿਰਪਾ ਕਰੋ ਜੀ, ਮੈਨੂੰ ਮੰਤਰ ਦਿਓ, ਸ਼ਬਦ ਦਿਓ, ਮੈਂ ਤੁਹਾਨੂੰ ਗੁਰੂ ਧਾਰਨ ਕਰਨਾ ਹੈ। ਸੰਤਾਂ ਨੇ ਛਵੀ ਨੇ ਗਹਿਣੇ ਗੁਣੇ ਪਾਏ ਹੋਏ, ਕਹਿੰਦੇ ਬੀਬੀ ਕੋਈ ਅੰਤਰ ਤਾਂ ਤੈਨੂੰ ਦੇ ਦਿਆਂਗੇ, ਅਨੋਖੇ ਗੁਣੀ ਗੁਰੂ ਧਾਰਨ ਕਰਨੇ, ਜਿਹੜੇ ਕੇਵਲ ਮੰਤਰ ਨਾਲ ਕਹਿੰਦੀ ਕਹਿੰਦੇ ਉਹ ਗੁਕੇੜੇ ਨੇ ਕੰਨਾਂ ਵਾਟੀ ਕੋਲ, ਬਸ ਉਹਨਾਂ ਨੇ ਕੰਨ ਦੇ ਵਿੱਚ ਕੋਲ ਕਰਕੇ ਕਰ ਦੇਣਾ, ਕੋਈ ਮੰਤਰ ਨਹੀਂ ਦੇਣਾ। ਉਹ ਜਿਹੜਾ ਦਿੰਦੇ ਆ ਕੋਲ ਵਾਲਾ ਹੀ ਮੰਤਰ ਦਾ, ਜਿਹੜਾ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੇ ਗਏ, ਗੁਰੂ ਨਾਨਕ ਸਾਹਿਬ ਦੇ ਗਏ, ਸਾਰੇ ਮਹਾਂਪੁਰਸ਼ ਦਿੰਦੇ ਰਹਿੰਦੇ, ਇਹਦੇ ਵਿੱਚ ਕਾਹਦਾ ਲਕੋਸ਼ ਪੋ। ਕਹਿੰਦੇ ਉਹਨਾਂ ਨੇ ਮੰਤਰ ਦਿੱਤਾ ਚੋਰੀ ਵਾਲਾ, ਕੰਨਾ ਵਾਟੀ ਕੋਲ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ, ਤੇ ਇਹੋ ਜਿਹੇ ਗੁਰੂ ਪੈਸਾ ਉਲ ਤੇ ਗੁਰੂ ਜੀ ਗਏ ਅਡਾਰੀ ਮਾਰ ਗਏ ਗੁਰੂ ਜੀ। ਉਹ ਆਈ ਆਈ ਮਾਇਆ ਲੈਣ ਵਾਸਤੇ ਸੀ, ਲਟਾਉਣ ਆਉਂਦੇ ਨੇ ਜਿਹੜੇ ਜਿਹਨਾਂ ਨੂੰ ਪਰਮਾਤਮਾ ਨੇ ਡਿਊਟੀ ਲਾਈ ਹੋਈ ਹੈ, ਜਿਹਨਾਂ ਦੀ ਸੇਵਾ ਲਾਈ ਹੋਈ ਹੈ, ਜਿਹਨਾਂ ਨੂੰ ਹੁਕਮੇ ਦਰਗਾਹੋਂ, ਉਹ ਬੀਬੀ ਪੈ ਗਈ ਕਿਤੇ ਉਹੋ ਜਿਹੇ ਗੁਰੂ ਦੇ ਵਾਸ। ਗੁਰੂ ਜੀ ਕਹਿਣ ਲੱਗੇ, ਬੀਬੀ ਆ ਜਿਹੜੇ ਤੂੰ ਗਹਿਣੇ ਪਾਇਆ ਨਾ, ਇਹ ਅੜਿੱਕਾ ਪਾ ਰਹੇ ਨੇ ਗੁਰਮੰਤਰ ਚ, ਆ ਜਿਹੜਾ ਗੱਲ ਦਾ ਤੇਰਾ ਹਾਰ, ਕੰਨਾਂ ਦੀਆਂ ਵਾਲੀਆਂ ਤੇ ਸਾਰੀ, ਇਹ ਕੀ ਇਹਨਾਂ ਦੀ ਕੀ ਲੋੜ ਹੈ, ਇਹ ਝੂਠੇ ਨੇ, ਇਹ ਸਾਰੇ ਲਾ ਕੇ ਇੱਥੇ ਸਾਡੇ ਕੋਲ ਰੱਖਦੇ, ਫਿਰ ਤੈਨੂੰ ਗੁਰਮੰਤਰ ਦਿੰਦੇ ਆ। ਹੁਣ ਬੀਬੀ ਦਾ ਡਰ ਗਈ ਵੀ ਘਰੇ ਜੁੱਤੀਆਂ ਕਿੱਥੇ ਦੇ ਆਈਏ, ਕੰਨਾਂ ਵਾਲੀਆਂ ਵਾਲੀਆਂ ਤੇ ਆ ਸਾਰੇ ਗਾਲਾਂ ਦਾ ਹਾਰ ਕਿੱਥੇ ਲਾ ਕੇ, ਮੈਨੂੰ ਸੱਸ ਸਹੁਰਾ ਪਤੀ ਕੋਈ ਜੀਣ ਦੇਵੇਗਾ। ਕਹਿੰਦੀ ਬਾਬਾ ਜੀ ਇਹ ਜਿਹੜਾ ਧਾਣੇ ਨਾ, ਇਹ ਮੇਰਾ, ਇਹ ਅਮਾਨ ਤੇ ਮੇਰੇ ਸਹੁਰਿਆਂ ਦੀ, ਮੇਰੇ ਸੱਸ ਵੀ ਹੈ, ਸਹੁਰਾ ਵੀ ਹੈ, ਪਤੀ ਵੀ ਹੈ, ਉਹਨਾਂ ਦੀ ਉਹਨਾਂ ਤੋਂ ਬਗੈਰ ਮੈਂ ਇਹ ਤੁਹਾਡੇ ਕੋਲ ਨਹੀਂ ਰੱਖ ਸਕਦੀ। ਜੇ ਰੱਖਾਂਗੇ ਤੇ ਘਰੇ ਮੇਰੀ ਸ਼ਾਮਤ ਆ ਜਾਣੀ, ਮੈਨੂੰ ਘਰੋਂ ਕੱਢ ਦੇਣਗੇ, ਉਦੋਂ ਤੱਕ ਨਹੀਂ ਬਣਨ ਦੇਣਗੇ ਜਦੋਂ ਤੱਕ ਮੈਂ ਲੈ ਕੇ ਨਾ ਗਈ। ਕਹਿੰਦੀ ਸੰਤ ਕਹਿੰਦੇ ਭਾਈ ਫਿਰ ਭੇਟਾ ਦੇਣੀ ਪੈਣੀ ਦਸ਼ਨਾ, ਜੇ ਗੁਰੂ ਧਾਰਨ ਕਰਨਾ ਹੀ ਤੇ ਦਸ਼ਨਾ ਹੈ ਵਧੀਆ ਹੈ, ਨਾਲੇ ਤੇਰੇ ਵਾਧੂ ਲੋਭ ਲਾਲਚ ਜੇ ਕਾਨੂੰਨ, ਸਾਦਗੀ ਰੱਖਣੀ ਚੰਗੀ ਹੁੰਦੀ ਹੈ, ਰੱਖਦੇ ਇੱਥੇ ਦਸ਼ਨਾ ਤਾਂ ਦੇਣੀ ਪੈਂਦੀ ਗੁਰੂ ਧਾਰਨ ਲੱਗਿਆਂ। ਕਹਿੰਦੀ ਜੀ ਮੈਂ ਧਨ ਦੀ ਦਸ਼ਨਾ ਨਹੀਂ ਦੇ ਸਕਦੀ, ਧਨ ਮੇਰੇ ਦਾ ਮਾਲਕ ਮੇਰੇ ਪਤੀ ਤੇ ਸੱਸ ਸਹੁਰਾ, ਮੈਂ ਆਪਣਾ ਸਰੀਰ ਵੀ ਤੁਹਾਨੂੰ ਨਹੀਂ ਦੇ ਸਕਦੀ, ਮੇਰੇ ਤਨ ਦਾ ਮਾਲਕ ਮੇਰਾ ਪਤੀ, ਮੈਂ ਉਹਦੇ ਲੜ ਲਾਈ, ਤੇ ਮੇਰਾ ਮਨ ਦੀ ਦਸ਼ਨਾ ਲੈ ਲਓ, ਮਨ ਮੇਰੇ ਕਾਬੂ ਨਹੀਂ, ਇਹ ਮਨ ਮੈਂ ਤੁਹਾਡੇ ਅਰਪਣ ਕਰਦੀ ਹਾਂ, ਮਨ ਦੀ ਭੇਟਾ ਦਸ਼ਨਾ ਲੈ ਲਓ। ਉਹ ਕਹਿੰਦੇ ਮਨ ਨੂੰ ਅਸੀਂ ਕੀ ਕਰਨਾ, ਅਸੀਂ ਮਨ ਨੂੰ ਤੇਰੇ ਤੋਂ ਤੇਰੇ ਮਨ ਤੋਂ ਕੀ ਕਰਾਉਣਾ। ਉਹਨਾਂ ਦੀ ਅੱਖ ਸੀ ਧਨ ਤੇ ਜਾਂ ਤਨ ਤੇ, ਜਾਂ ਤਨ ਤੇ ਅੱਖ ਜਾਏਗੀ ਕੱਚਿਆਂ ਦੀ ਜਾਂ ਤਨ ਤੇ, ਮਨ ਦੇ ਸੌਦੇ ਕੌਣ ਕਰੇਗਾ, ਮਨ ਤਾਂ ਇੱਧਰ ਉੱਧਰ ਭੱਜਿਆ ਫਿਰਦਾ, ਮਨ ਦੁਖੀਆ ਏ, ਮਨ ਡਾਵਾਂ ਡੋਲ ਏ, ਇਹਨੂੰ ਕੌਣ ਫੜੇਗਾ। ਐਸਾ ਸਾਧੂ ਚਾਹੀਦਾ ਸਾਡਾ ਮਨ ਹੀ ਫੜ ਲਵੇ, ਅਸੀਂ ਮਨ ਕਰਕੇ ਹੋ ਜਾਈਏ ਉਹਨਾਂ ਦੇ, ਫਿਰ ਕਿਤੇ ਜਾਣ ਜੋਗੇ ਨਾ ਰਹੀਏ। ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ, ਕਲਗੀਆਂ ਵਾਲਿਆ ਤੂੰ ਮੇਰੇ ਮਨ ਨੂੰ ਫੜ ਲਿਆ, ਮੈਂ ਨੀ ਹੁਣ ਕਿਤੇ ਜਾਣ ਜੋਗਾ,
मैं तो तेरे योगा ही हो।